ਆਪਣੇ ਵਾਹਨਾਂ 'ਤੇ ਫੈਂਸੀ ਨੰਬਰ ਲਗਾਉਣ ਦਾ ਸ਼ੌਕ ਹਰ ਕਿਸੇ ਨੂੰ ਹੁੰਦਾ ਹੈ ਅਤੇ VIP ਨੰਬਰ ਦਾ ਤਾਂ ਕਰੇਜ਼ ਹੀ ਅਲੱਗ ਹੁੰਦਾ ਹੈ। ਪਰੰਤੂ ਜਲੰਧਰ ਦੇ RTA ਦਫ਼ਤਰ 'ਚ ਇਸ ਨੂੰ ਲੈ ਕੇ ਕਈ ਲੋਕਾਂ ਦੇ ਪੈਸੇ ਫਸੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਐਸੋਸੀਏਸ਼ਨ ਆਫ ਲਾਇਰਸ ਆਫ ਸੋਸ਼ਲ ਜਸਟਿਸ ਦੇ ਚੇਅਰਮੈਨ ਐਡਵੋਕੇਟ ਹਰਮਿੰਦਰ ਸੰਧੂ ਨੇ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੂੰ ਇੱਕ ਮੰਗ ਪੱਤਰ ਦਿੰਦਿਆਂ ਫੈਂਸੀ ਨੰਬਰਾਂ ਨੂੰ ਲੈ ਕੇ ਲੋਕਾਂ ਦੀ ਟੋਕਨ ਮਨੀ ਵਾਪਸ ਦਿਵਾਉਣ ਦੀ ਗੱਲ ਕਹੀ ਹੈ। ਉਹਨਾਂ ਦੱਸਿਆ ਕਿ ਲੋਕਾਂ ਨੇ ਫੈਂਸੀ ਨੰਬਰਾਂ ਦੀ ਆਨਲਾਈਨ ਬੁਕਿੰਗ ਲਈ ਨਿਲਾਮੀ ਵਾਸਤੇ ਬੇਸ ਪ੍ਰਾਈਸ ਦੇ 50% ਪੈਸੇ RTA ਦਫ਼ਤਰ 'ਚ ਜਮ੍ਹਾਂ ਕਰਵਾਏ ਸਨ। ਉਸ ਤੋਂ ਬਾਅਦ ਕਿਸੇ ਕਾਰਨ ਜ਼ਿਆਦਾ ਨਿਲਾਮੀ ਨਹੀਂ ਹੋਈ ਅਤੇ ਜੇ ਹੋਈ ਤਾਂ ਜੋ ਲੋਕ ਸਫਲ ਨਹੀਂ ਹੋਏ ਉਹਨਾਂ ਦੇ ਪੈਸੇ ਥੋੜ੍ਹੇ ਦਿਨਾਂ ਵਿੱਚ ਵਾਪਸ ਕੀਤੇ ਜਾਣੇ ਚਾਹੀਦੇ ਸਨ, ਪਰੰਤੂ ਅਜੇ ਤੱਕ ਵਾਪਸ ਨਹੀਂ ਕੀਤੇ ਗਏ। ਇਸ ਸਾਲ 5500 ਲੋਕਾਂ ਦੇ ਪੈਸੇ RTA ਦਫ਼ਤਰ ਕੋਲ ਜਮ੍ਹਾਂ ਹਨ। ਉਹਨਾਂ ਕਿਹਾ ਕਿ ਜੇਕਰ ਲੋਕਾਂ ਦੇ ਪੈਸੇ ਉਹਨਾਂ ਨੂੰ ਜਲਦ ਵਾਪਸ ਨਾ ਮਿਲੇ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਹਾਂਜੀ, ਜੈ ਹਿੰਦ ਜੀ। ਮੈਂ ਐਡਵੋਕੇਟ ਹਰਮਿੰਦਰ ਸਿੰਘ ਸੰਧੂ, ਐਸੋਸੀਏਸ਼ਨ ਆਫ ਲਾਇਰਸ ਫਾਰ ਸੋਸ਼ਲ ਜਸਟਿਸ ਜਲੰਧਰ ਦਾ ਪ੍ਰੈਜ਼ੀਡੈਂਟ ਹਾਂ। ਮੈਨੂੰ ਅਖਬਾਰਾਂ ਦੇ ਮਾਧਿਅਮ ਤੋਂ ਪਤਾ ਲੱਗਾ ਕਿ RTA ਦਫ਼ਤਰ ਜਲੰਧਰ ਦੇ ਵਿੱਚ ਫੈਂਸੀ ਨੰਬਰਾਂ ਦੀ ਆਨਲਾਈਨ ਬੁਕਿੰਗ ਆਨਲਾਈਨ ਨਿਲਾਮੀ ਦੇ ਵਾਸਤੇ ਬਹੁਤ ਸਾਰੇ ਲੋਕਾਂ ਨੇ ਬੇਸ ਪ੍ਰਾਈਜ਼ ਦਾ 50% ਪੈਸੇ ਜਮ੍ਹਾਂ ਕਰਾਏ। ਉਸ ਤੋਂ ਬਾਅਦ ਕਿਸੇ ਕਾਰਨਵਸ਼ ਜਾਂ ਤਾਂ ਨਿਲਾਮੀ ਹੋਈ ਨਹੀਂ, ਜੇ ਹੋਈ ਤਾਂ ਉਹ ਜਿਹੜੇ ਲੋਕ ਸਫਲ ਨਹੀਂ ਹੋਏ ਉਹਨਾਂ ਦੇ ਪੈਸੇ ਥੋੜ੍ਹੇ ਦਿਨਾਂ 'ਚ ਵਾਪਸ ਕੀਤੇ ਜਾਣੇ ਜ਼ਰੂਰੀ ਸਨ, ਪਰ ਸਰਕਾਰ ਨੇ ਕਈ ਮਹੀਨਾ ਬੀਤ ਜਾਣ ਤੋਂ ਬਾਅਦ ਹੀ ਉਹਨਾਂ ਦੇ ਪੈਸੇ ਵਾਪਸ ਨਹੀਂ ਕੀਤੇ ਅਤੇ ਲੋਕ ਲਗਾਤਾਰ RTA ਦਫ਼ਤਰ ਦੇ ਧੱਕੇ ਖਾ ਰਹੇ ਨੇ ਅਤੇ ਮਿੰਨਤਾਂ ਕਰਦੇ ਪਾਏ ਗਏ ਨੇ। ਸੋ ਲੋਕ ਆਪਣੇ ਪੈਸੇ ਹੀ ਵਾਪਸ ਮੰਗ ਰਹੇ ਨੇ, ਸਰਕਾਰ ਤੋਂ ਕੋਈ ਖਰਾਤ ਨਹੀਂ ਮੰਗ ਰਹੇ। ਇਹ ਸਭ ਕੁਝ ਜ਼ਿੰਮੇਦਾਰ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਰਕੇ ਹੋਇਆ। ਸਰਕਾਰ ਦੇ ਕੋਲ ਕਿਸੇ ਫੰਡ ਦੀ ਕੋਈ ਕਮੀ ਨਹੀਂ ਹੈ। ਮੰਤਰੀਆਂ ਦੀਆਂ ਤਨਖਾਹਾਂ ਵਧਾਉਣ ਲਈ, ਉਹਨਾਂ ਨੂੰ ਨਵੀਆਂ ਕਾਰਾਂ ਦੇਣ ਲਈ ਕਾਰ ਕੋਲ ਕਰੋੜਾਂ ਰੁਪਏ ਹੈਗੇ ਆ ਅਤੇ ਆਮ ਲੋਕਾਂ ਦੇ ਪੈਸੇ ਜਿਹੜੇ 2-2 ਹਜ਼ਾਰ, 4-4 ਹਜ਼ਾਰ, 5-5 ਹਜ਼ਾਰ ਹੈ, ਉਹ ਵਾਪਸ ਕਰਨ ਲਈ ਕਿਉਂ ਨਹੀਂ ਹੈਗੇ। ਸੋ ਇਹਦੇ ਬਾਰੇ ਜਦੋਂ ਦਾ ਮੈਨੂੰ ਪਤਾ ਲੱਗਾ, ਮੈਂ ਇਹਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ, ਮੁੱਖ ਸਕੱਤਰ ਟਰਾਂਸਪੋਰਟ ਵਿਭਾਗ, ਮੰਤਰੀ ਟਰਾਂਸਪੋਰਟ ਵਿਭਾਗ, ਡਿਵੀਜ਼ਨਲ ਕਮਿਸ਼ਨਰ ਜਲੰਧਰ, DC ਜਲੰਧਰ, RTA ਜਲੰਧਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜੀ ਹੈ। ਇਹਦੀ ਇੱਕ ਸ਼ਿਕਾਇਤ ਮੈਂ ਮਾਣਯੋਗ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨੂੰ ਵੀ ਭੇਜੀ ਹੈ। ਪਿਛਲੇ 3 ਸਾਲ ਦਾ ਰਿਕਾਰਡ ਮੰਗਾਉਣ ਲਈ ਮੈਂ RTI ਅਰਜੀ ਵੀ ਇੱਕ RTA ਦਫ਼ਤਰ ਜਲੰਧਰ ਨੂੰ ਪਾਈ ਹੈ, ਜਿਹਦੇ ਤੋਂ ਮੈਨੂੰ ਪਤਾ ਲੱਗ ਸਕੇ ਕਿ ਸਿਰਫ ਇਸ ਸਾਲ ਦੇ 5500 ਬੰਦਿਆਂ ਦੇ ਪੈਸੇ ਉੱਥੇ ਅੜੇ ਆ ਕਿ ਪਿਛਲੇ ਸਾਲਾਂ ਦੇ ਵੀ ਕੋਈ ਪੈਸੇ ਇਹਨਾਂ ਨੇ ਦਿੱਤੇ ਆ ਕਿ ਹਾਲੇ ਉਹ ਵੀ ਖੜ੍ਹੇ ਆ। ਜਦੋਂ ਇਹ ਖਬਰ ਛਪੇਗੀ ਜਾਂ ਫੈਲੇਗੀ, ਹਜ਼ਾਰਾਂ ਲੋਕ ਅੱਗੇ ਆਉਣਗੇ ਅਤੇ ਆਪਣਾ ਹੱਕ ਮੰਗਣ ਦੀ ਕੋਸ਼ਿਸ਼ ਕਰਨਗੇ। ਜੇ ਸਰਕਾਰ ਨੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਤੇ ਟਰਾਂਸਪੋਰਟ ਵਿਭਾਗ ਨੇ ਇਹਦੇ ਬਾਰੇ ਕੋਈ ਕਾਰਵਾਈ ਨਾ ਕੀਤੀ ਤਾਂ ਇਸ ਮਸਲੇ ਨੂੰ ਮਾਣਯੋਗ ਹਾਈਕੋਰਟ ਦੇ ਵਿੱਚ ਰਿਟ ਪਟੀਸ਼ਨ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕਰਕੇ ਚੁੱਕਾਂਗਾ। ਮੈਂ ਮੰਗ ਕਰਦਾ ਹਾਂ ਕਿ ਇਹਨਾਂ ਲੋਕਾਂ ਦੇ ਪੈਸੇ ਛੇਤੀ ਤੋਂ ਛੇਤੀ ਵਾਪਸ ਕੀਤੇ ਜਾਣ। ਉੱਧਰ ਇਸ ਸੰਬੰਧੀ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਮਾਮਲਾ RTA ਦਫ਼ਤਰ ਦਾ ਹੈ ਅਤੇ ਉਹ ਇਸ ਮਸਲੇ ਸੰਬੰਧੀ ਸਰਕਾਰ ਨਾਲ ਗੱਲ ਕਰਨਗੇ। ਮੈਨੂੰ ਜੋ ਅਖਬਾਰਾਂ ਤੋਂ ਪਤਾ ਲੱਗਾ, ਇਸ ਸਾਲ ਦੇ ਵਿੱਚ ਪਿਛਲੇ 6-7 ਮਹੀਨੇ 'ਚ 5500 ਲੋਕ ਨੇ, ਪਿਛਲੇ ਸਾਲਾਂ ਦਾ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ। ਉਹਦੇ ਬਾਰੇ ਮੈਂ RTA ਐਪਲੀਕੇਸ਼ਨ ਪਾਈ ਹੈ, ਜਦੋਂ ਮੇਰੇ ਕੋਲ ਉਹਦਾ ਡਾਟਾ ਆਏਗਾ ਤਾਂ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ। ਜੈ ਹਿੰਦ। ਉਹ ਦੇਖੋ, ਟਰਾਂਸਪੋਰਟ ਵਿਭਾਗ ਦਾ ਇੱਕ ਮਸਲਾ ਹੈਗਾ ਔਰ ਕਿਉਂਕਿ ਇਹ ਸੌਫਟਵੇਅਰ ਨਾਲ ਰਿਲੇਟਡ ਮਸਲਾ ਹੈ ਕਿ ਉਹਨਾਂ ਦਾ ਰਿਫੰਡ ਕਿੱਦਾਂ ਹੋਣਾ, ਇਹ ਅਸੀਂ ਸਰਕਾਰ ਨਾਲ ਟੇਕਅਪ ਕਰਾਂਗੇ। ਮੈਂ RTA ਸਾਹਿਬ ਨੂੰ ਕਹੂੰਗਾ ਕਿ ਅਜਿਹੇ ਕੇਸਾਂ ਦੇ ਵਿੱਚ ਰਿਫੰਡ ਜਲਦੀ ਦਿਵਾਇਆ ਜਾਵੇ। ਸੋ ਇਹ ਜਿਹੜਾ ਮਸਲਾ ਹੈਗਾ, ਇਹ ਲੋਕਲ ਲੈਵਲ ਦਾ ਹੈ ਨਹੀਂ, ਇਹ ਟਰਾਂਸਪੋਰਟ ਵਿਭਾਗ ਦਾ ਮਸਲਾ। ਤੁਸੀਂ ਮੇਰੇ ਧਿਆਨ 'ਚ ਲਿਆਂਦਾ, ਅਸੀਂ ਸਰਕਾਰ ਨਾਲ ਟੇਕਅਪ ਕਰਕੇ ਇਹਨੂੰ ਜਲਦੀ ਸੌਰਟ ਆਊਟ ਕਰਾਵਾਂਗੇ।